ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ ਦਾ ਅੱਜ ਦੇਹਾਂਤ ਹੋ ਗਿਆ। ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ। ਇਜ਼ਹਾਰ ਆਲਮ ਪੰਜਾਬ 'ਚ ਅੱਤਵਾਦ ਦੇ ਦੌਰ 'ਚ ਕਾਫੀ ਵਿਵਾਦਾਂ 'ਚ ਰਹੇ ਅਤੇ ਉਹਨਾਂ 'ਤੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਨ ਦੇ ਇਲਜ਼ਾਮ ਵੀ ਲੱਗਦੇ ਰਹੇ ਨੇ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ ਦੀ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਦੇ ਬਾਅਦ ਉਹਨਾਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਆਲਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਜ਼ਹਾਰ ਆਲਮ 72 ਵਰਿਆਂ ਦੇ ਸਨ। ਬਿਹਾਰ ਦੇ ਸੀਤਾਮੜ੍ਹੀ 'ਚ ਪੈਦਾ ਹੋਏ ਇਜ਼ਹਾਰ ਆਲਮ ਨੇ ਆਪਣੀ ਜ਼ਿੰਦਗੀ ਦਾ ਵੱਡਾ ਤੇ ਅਹਿਮ ਹਿੱਸਾ ਪੰਜਾਬ 'ਚ ਹੀ ਬਤੀਤ ਕੀਤਾ। ਪੁਲਿਸ ਤੋਂ ਲੈ ਕੇ ਵਕਫ ਬੋਰਡ ਦੇ ਚੇਅਰਮੈਨ ਬਣਨ ਤੱਕ ਤੇ ਫਿਰ ਸਿਆਸਤ 'ਚ ਕਦਮ ਰੱਖਣ ਤੱਕ ਆਪਣੀ ਜ਼ਿੰਦਗੀ ਦੇ ਕਈ ਪੜਾਅ ਦੇਖੇ। ਇਜ਼ਹਾਰ ਆਲਮ ਜਿੱਥੇ ਉੱਚ ਅਹੁਦਿਆਂ ਤੇ ਰਹੇ, ਉੱਥੇ ਉਹਨਾਂ ਦੇ ਨਾਂ ਨਾਲ ਕਈ ਵਿਵਾਦ ਵੀ ਜੁੜਦੇ ਰਹੇ। ਖਾਸ ਕਰਕੇ ਅੱਤਵਾਦ ਦੇ ਦੌਰ 'ਚ ਉਹਨਾਂ ਵੱਲੋਂ ਪੰਜਾਬ ਅੰਦਰ ਨਿਭਾਈ ਭੂਮਿਕਾ ਸਵਾਲਾਂ ਦੇ ਘੇਰੇ 'ਚ ਰਹੀ। ਇਜ਼ਹਾਰ ਆਲਮ ਦੇ ਪਰਿਵਾਰ 'ਚ ਉਹਨਾਂ ਦੀ ਪਤਨੀ ਸਾਬਕਾ ਵਿਧਾਇਕ ਫਰਜ਼ਾਨਾ ਨਿਸਾਰ ਖਾਤੂਨ, 3 ਬੇਟੇ ਤੇ 2 ਬੇਟੀਆਂ ਨੇ। ਇਜ਼ਹਾਰ ਆਲਮ ਦੀ ਮੌਤ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਜ਼ਹਾਰ ਆਲਮ ਦੀ ਮੌਤ ਦੀ ਖਬਰ ਨਾਲ ਦੁਖੀ ਹਾਂ। ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਜ਼ਹਾਰ ਆਲਮ ਕੌਣ ਸਨ। ਇਜ਼ਹਾਰ ਆਲਮ ਪੰਜਾਬ ਪੁਲਿਸ ਦੇ ਡੀਜੀਪੀ ਰਹੇ। ਯੂਐਸ ਅੰਬੈਸੀ ਦੇ ਵੱਲੋਂ 2005 'ਚ ਜਾਰੀ ਪੇਪਰਾਂ ਦੇ ਮੁਤਾਬਕ ਇਜ਼ਹਾਰ ਆਲਮ ਦੇ ਡੀਜੀਪੀ ਕਾਰਜਕਾਲ ਦੇ ਦੌਰਾਨ ਆਲਮ ਨੇ ਆਪਣੀ ਇੱਕ ਵੱਖਰੀ ਲੜਾਕੂ ਫੌਜ ਤਿਆਰ ਕੀਤੀ ਸੀ, ਜਿਸ ਨੂੰ ਫੌਜ ਆਲਮ ਯਾਨੀ ਆਲਮ ਦੀ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। 150 ਦੇ ਕਰੀਬ ਲੋਕਾਂ ਦੀ ਇਸ ਫੌਜ 'ਚ ਬਰਖਾਸਤ ਕੀਤੇ ਪੁਲਿਸ ਅਧਿਕਾਰੀ ਤੇ ਸਿੱਖ ਖੜਾਕੂਆਂ 'ਚੋਂ ਨਿਕਲੇ ਕੁਝ ਟਾਊਟ ਸ਼ਾਮਲ ਸਨ। ਇਸ ਫੌਜ ਤੇ ਖੜਾਕੂਆਂ ਨੂੰ ਟੌਰਚਰ ਕਰਨ ਤੇ ਮਾਰ ਮੁਕਾਉਣ ਦੇ ਇਲਜ਼ਾਮ ਲੱਗਦੇ ਰਹੇ ਨੇ। ਪੁਲਿਸ ਫੋਰਸ ਤੋਂ ਰਿਟਾਇਰਮੈਂਟ ਤੋਂ ਬਾਅਦ ਇਜ਼ਹਾਰ ਆਲਮ ਅਕਾਲੀ ਦਲ 'ਚ ਸ਼ਾਮਿਲ ਹੋ ਗਏ। ਅਕਾਲੀ ਬੀਜੇਪੀ ਸਰਕਾਰ ਦੌਰਾਨ ਉਹਨਾਂ ਨੂੰ ਵਕਫ ਬੋਰਡ ਦੇ ਚੇਅਰਮੈਨ ਬਣਾਇਆ ਗਿਆ। ਆਲਮ ਨੇ ਸਿਆਸਤ 'ਚ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕੀਤੀ। 2012 'ਚ ਅਕਾਲੀ ਦਲ ਨੇ ਇਜ਼ਹਾਰ ਆਲਮ ਨੂੰ ਮਲੇਰਕੋਟਲਾ ਤੋਂ ਟਿਕਟ ਦੇਣ ਦਾ ਐਲਾਨ ਕੀਤਾ, ਪਰ ਆਲਮ ਦੇ ਦਾਗੀ ਅਕਸ ਦੇ ਕਰਕੇ ਪਾਰਟੀ ਦੇ ਅੰਦਰੋਂ ਹੋਏ ਵਿਰੋਧ ਕਾਰਨ ਆਲਮ ਦੀ ਥਾਂ ਉਹਨਾਂ ਦੀ ਪਤਨੀ ਫਰਜ਼ਾਨਾ ਨਿਸਾਰ ਖਾਤੂਨ ਨੂੰ ਅਕਾਲੀ ਦਲ ਨੇ ਟਿਕਟ ਦੇ ਦਿੱਤੀ, ਜਿਸ ਤੇ ਫਰਜ਼ਾਨਾ ਨੇ ਜਿੱਤ ਹਾਸਲ ਕੀਤੀ। 1987 'ਚ ਇਜ਼ਹਾਰ ਆਲਮ ਨੂੰ ਭਾਰਤ ਸਰਕਾਰ ਦੇ ਵੱਲੋਂ ਪਦਮ ਸ਼੍ਰੀ ਅਵਾਰਡ ਵੀ ਦਿੱਤਾ ਗਿਆ। ਬਿਊਰੋ ਰਿਪੋਰਟ, ਨਿਊਜ਼ 18।